ਉਹ ਤੂੰ ਗਲਤ ਕਰ ਜਾਂਦਾ ਉਹ ਲੱਖੇ ਦਾ ਬੰਦਾ ਹੋ ਗਿਆ ਯਾਰ ਇਹ ਤਾਂ ਬੇਤੁਕੀ ਜੀ ਗੱਲ ਆ ਯਾਰ ਅਸੀਂ ਤਾਂ ਬਾਰ 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 ਅੱਗੇ ਉਹਨੂੰ ਮਿੰਨਤਾਂ ਕਰ ਕਰ ਰਹੇ ਹਾਂ ਤੁਹਾਨੂੰ ਵੀ ਪਤਾ ਹੈ ਮੈਂ ਕਿੰਨੀ ਵਾਰੀ ਕਿਹਾ ਵੀ ਨਹੀਂ ਯਾਰ ਇੱਕੇ ਦੀ ਗੱਲ ਕਰ ਲਓ ਇਹਦੇ ਵਿੱਚ ਲੋਕ ਸਾਡੇ ਵਿਰੋਧ ਕਰਨ ਲੱਗ ਗਏ ਤੁਸੀਂ ਦੇਖ ਲਿਆ ਹੋਣਾ ਤੁਹਾਨੂੰ ਸੋਸ਼ਲ ਮੀਡੀਆ ਦਿੱਤਾ ਉਹ ਬਾਂਦਰ ਦੇ ਹੱਥ ਡੱਬੂ ਜਦੋਂ ਡੱਬੀ ਦੇਤੀ ਵੀ ਆਗਾਂ ਲਾਈ ਜਾਂਦਾ ਅੱਗ ਲਾ ਕੇ ਡੱਬੂ ਕੰਨ ਤੇ ਯਾਰ ਇਹ ਨਾ ਨਾ ਕਰੋ ਇਹਦੇ ਨਾਲ ਅੰਦੋਲਨ ਨੂੰ ਹੀ ਨੁਕਸਾਨ ਹੈ ਕਿਹੜਾ ਕਿਸੇ ਨੂੰ ਨੁਕਸਾਨ ਹੈ ਦੀਪ ਨਾਲ ਅਸੀਂ ਹਰ ਇੱਕ ਜਦੋਂ ਵੀ ਉੱਥੇ ਹੁੰਦਾ ਹੀ ਸਭ ਤੋਂ ਉਹਦੇ ਐ ਹੁੰਦਾ ਸੀ ਵੀ ਸੁੱਖ ਉਹਦੇ ਨੇੜੇ ਆ ਪਰ ਹਾਰ ਕੇ ਕੀ ਹੋਇਆ ਗੱਲਾਂ ਕੀ ਨਿਕਲੀਆਂ ਵਿੱਚੋਂ ਵੀ ਹੁਣ ਸਾਰੇ ਅਲੱਗ-ਅਲੱਗ ਹੋਏ ਫਿਰਦੇ ਨੇ ਯਾਰ ਆਪਾਂ 15 ਦਿਨ ਬੋਟਾਂ ਨਿਆਰੇ ਕਰ ਲੇ ਬਾਅਦ ਜਿਹੜਾ 5 ਸਾਲ ਸਾਡੇ ਬੱਚਿਆਂ ਨੂੰ ਰੋਣਾ ਪੈਂਦਾ 1947 ਤੋਂ ਲੈ ਕੇ ਅੱਜ ਕਿਹੜਾ ਸਾਲ ਚੜ ਗਿਆ 21 ਚੜ ਗਿਆ ਮੈਨੂੰ ਦੱਸ ਦੋ ਕਿਹੜੇ ਬੱਚੇ ਦਾ ਉਹ ਇੱਕ ਸੁਰੱਖਿਅਤ ਹੈ ਅਸੀਂ ਤਾਂ ਬਹੁਤ ਤਾਕਤਵਰ ਇਨਸਾਨ ਸੀਗੇ ਸਾਡਾ ਸਾਡੀ ਹਿਸਟਰੀ ਫਲੋਰ ਨੂੰ ਪਰ ਸਾਨੂੰ ਖਤਮ ਕਰਨ ਲਈ ਇਸ ਕੌਮ ਨੂੰ ਖਤਮ ਕਰਨ ਲਈ ਪੰਜਾਬੀਅਤ ਨੂੰ ਖਤਮ ਕਰਨ ਲਈ ਇਹ ਜਿਹੜੀ ਹਰੀ ਕ੍ਰਾਂਤੀ ਲਿਆਂਦੀ ਜੀ ਹੁਣ ਸੇਮ ਡਿੱਟੋ ਆ ਜਿਵਾਕਾਂ ਦਾ ਫਿਊਚਰ ਖਤਮ ਕਰ ਲਈ ਆ ਬਿੱਲ ਲਿਆਂਦੇ ਗਏ ਨੇ ਸਾਡੇ ਕੋਲੇ ਪੀਸੀਐਸ ਕਿੰਨੇ ਨੇ ਸਾਡੇ ਕੋਲੇ ਆਈਪੀਐਸ ਕਿੰਨੇ ਨੇ ਆਈਈਐਸ ਕਿੰਨੇ ਨੇ ਇਹ ਦੇਖਣ ਵਾਲੀ ਗੱਲ ਹੈ ਅਸੀਂ ਉਧਰ ਨੂੰ ਮੂਵੀ ਨਹੀਂ ਕਰਦੇ ਸਾਡੇ ਤਾਂ ਨਾ ਜਿਵਾਕਾਂ ਦੇ ਵਿੱਚ ਇੱਕ ਇੱਕ ਚਸਕਾ ਬੈ ਗਿਆ ਵੀ ਇਸਦਾ ਭਾਈ ਜਾ ਚੜਨਾ ਬਾਹਰ ਜਾਣਾ ਹੈ ਸੇ ਤਾਂ ਮੈਨੂੰ ਕਚੈਰੀ ਥਾਣੇ ਕੰਮ ਪੈ ਗਿਆ ਨਾ ਮੈਂ ਕਹਣਾ ਲੈ ਫੜ ਯਾਰਾ ਕੜ 1000 ਰੁਪਿਆ ਜਿਹੜਾ ਉਹ 1000 ਰੁਪਿਆ ਦਿੱਤਾ ਉਹ ਤੁਹਾਡੇ ਸਾਰੇ ਪਿੰਡ ਦੀ ਤੁਹਾਡੇ ਇਲਾਕੇ ਦੀ ਸਾਰਿਆਂ ਦੀ ਮੱਤ ਮਾਰੇਗੀ ਫਿਰ ਉਹ ਬੰਦੇ ਨੂੰ ਝਾਟ ਲੱਗੀ ਤੁਸੀਂ ਉਹਨੂੰ ਝਾੜ ਤੇ ਲਾਤਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਰਖਾਪ ਟੀਵੀ ਤੇ ਮੈਂ ਹਰਜਿੰਦਰ ਸਿੰਘ ਢਿੱਲੋਂ ਕਿਸਾਨੀ ਅੰਦੋਲਨ ਚੱਲਿਆ ਕਿਸਾਨੀ ਅੰਦੋਲਨ ਦੇ ਵਿੱਚ 400 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ ਸ਼ਹੀਦियां ਪ੍ਰਾਪਤ ਕਰ ਗਏ ਤੇ ਕੁਝ ਨੌਜਵਾਨਾਂ ਦੇ ਉੱਪਰ 1-1 ਲੱਖ ਰੁਪਏ ਦਾ 50-50 ਹਜ਼ਾਰ ਰੁਪਏ ਦਾ ਨਾਮ ਰੱਖਿਆ ਗਿਆ। ਸੋ ਉਸੇ ਤਰ੍ਹਾਂ ਹੀ ਲੱਖਾ ਸਿੰਘ ਸੁਧਾਨਾ ਦੇ ਸਾਥੀ ਸਾਡੇ ਨਾਲ ਮੌਜੂਦ ਨੇ ਸੁਖ ਜਗਰਾਉਂ। ਸੁਖ ਜਗਰਾਉਂ ਨਾਲ ਗੱਲਬਾਤ ਕਰਾਂਗੇ ਇਸ ਮੁੱਦੇ ਨੂੰ ਲੈ ਕੇ ਕੀ ਕਹਿਣਾ ਅੱਜ ਲੱਖਾ ਸਿੰਘ ਸੁਧਾਨਾ ਪਿੰਡ-ਪਿੰਡ ਫਿਰ ਕੇ ਲੋਕਾਂ ਨੂੰ ਲਾਂਬੰਦ ਕਰ ਰਹੇ ਨੇ ਸੰਘਰਸ਼ ਦੇ ਵਿੱਚ ਜਾਣ ਦੇ ਲਈ। ਸੋ ਸੁਖ ਜਗਰਾਉਂ ਦੇ ਨਾਲ ਬੈਠੇ ਆ ਅਸੀਂ। ਸੋ ਖੇਗਰਾਉਂ ਦੇ ਨਾਲ ਗੱਲਬਾਤ ਕਰਦੇ ਆਂ ਅੱਜ ਪਿੰਡ ਮੰਡੀਕਲਾਂ ਦੇ ਵਿੱਚ ਪਹੁੰਚੇ ਹੋਏ ਆਂ ਜਗਰਾਉਂ ਪਹਿਲਾਂ ਤਾਂ ਸਵਾਗਤ ਸੱਸੀ ਗਾਲ ਜੀ ਸ਼ੁਗਰੀਟ ਨੂੰ ਜਗਰਾਉਂ ਲੱਖ ਰੁਪਏ ਦਾ ਨਾਮ ਰੱਖ ਦਿੱਤਾ ਜਾਂਦਾ ਲੱਖਾ ਸਿੰਘ ਸੁਧਾਨਾਂ ਤੇ 26 ਜਨਵਰੀ ਬੀਤੀ ਨੂੰ ਕਾਫੀ ਦਿਨ ਹੋ ਗਏ ਹੁਣ ਲੋਕਾਂ ਨੂੰ ਲਾਮਬੰਦ ਕਰ ਰਹੇ ਆਂ ਪਿੰਡ-ਪਿੰਡ ਜਾ ਕੇ ਲੱਗਦਾ ਵੀ ਲੋਕ ਨਾਲ ਜੁੜਨਗੇ ਜੁੜ ਰਹੇ ਨੇ ਅ ਬਿਲਕੁਲ ਜੁੜਨਗੇ ਭਾਈ ਜੁੜ ਰਹੇ ਨੇ ਪਹਿਲਾਂ ਵੀ ਦੇਖੋ ਜਦੋਂ ਪਹਿਲਾਂ 26 ਨਵੰਬਰ ਨੂੰ ਜਾਣਾ ਸੀ ਆਪਾਂ ਦਿੱਲੀ ਕੁਚ ਕਰਨਾ ਸੀ ਤਾਂ ਉਦੋਂ ਪਹਿਲਾਂ ਅਸੀਂ ਪਿੰਡਾਂ 'ਚ ਗਏ ਉਸ ਤੋਂ ਬਾਅਦ ਜਦੋਂ 26 ਜਨਵਰੀ ਆਈ ਫਿਰ ਦਿੱਲੀੋਂ ਪੰਜਾਬ ਆਏ 10-15 ਦਿਨ ਫਿਰ ਪਿੰਡਾਂ ਚ ਲਾਈ ਸੋ ਹੁਣ ਇਹ ਸਾਡਾ ਤੀਜਾ ਟਰਮ ਹੈ ਜਦੋਂ ਅਸੀਂ ਦੁਆਰਾਂ ਲਾ ਮੰਦ ਕਰ ਰਹੇ ਨੇ ਲੋਕਾਂ ਨੂੰ ਵੀ ਆਓ ਦਿੱਲੀ ਚਲੀਏ ਤੁਸੀਂ ਗੱਲ ਕੀਤੀ ਵੀ ਲੋਕ ਜੁੜਨਗੇ ਲੋਕ ਜੁੜ ਰਹੇ ਨੇ ਬਿਲਕੁਲ ਜੁੜਨਗੇ ਹੁਣ ਦੇਖੋ ਬਾਡੀ ਬੁੱਡੀ ਦਾ ਕੰਮ ਹੋ ਗਿਆ ਤੂੜੀਆਂ ਤਾੜੀਆਂ ਬਣਾ ਲੀਆਂ ਹੁਣ ਸਾਰੇ ਵਿਲੇ ਨੇ ਸੋ ਜਾਣਾ ਵੀ ਚਾਹੀਦਾ ਤੇ ਜਾ ਵੀ ਰਹੇ ਨੇ ਇੱਕ ਗੱਲ ਤੁਸੀਂ ਲੱਖ ਰੁਪਏ ਨਾਮ ਦੀ ਕੀਤੀ ਤਾਂ ਮੈਂ ਇਹ ਇਹ ਪੁੱਛਣਾ ਚਾਹੁੰਨਾ ਹਾਂ ਉਸ ਹਿਟਲ ਨੁਮਾ ਸਰਕਾਰ ਨੂੰ ਵੀ ਕੀ ਤੁਸੀਂ 307 ਦੀਆਂ ਧਾਰਾਂ ਲਾਤੀਆਂ ਸੀ ਯਾਰ ਉੱਥੇ ਕਤਲ ਕਰਨ ਗਏ ਆ ਸਾਡੇ ਦਾ ਯਾਰ ਬੰਦੇ ਕਿ ਮਿੱਟੀ ਨਾਲ ਮਿੱਟੀ ਹੋਣ ਵਾਲੇ ਬੰਦੇ ਨੇ ਇਹ ਤਾਂ ਵਿਚਾਰੇ ਉੱਥੇ ਤਾਂ ਗਏ ਸੀ ਆਪਦੇ ਹੱਕਾਂ ਲਈ ਵੀ ਸਾਡੇ ਹੱਕ ਨਾ ਮਰ ਜਾਣ ਸਾਡੀ ਜ਼ਮੀਨ ਨਾ ਖੋਸੇ ਤੁਸੀਂ ਸਾਡੇ ਤੇ ਧਾਰਾਂ ਲਾਤੀਆਂ ਲੱਖੇ ਤੇ ਲੱਖ ਰੁਪਇਆ ਨਾਮ ਰੱਖਤਾ ਇਹਨੇ ਕੀ ਮਾਰਾ ਕਰਤਾ ਤੁਸੀਂ ਹੁਣ ਦੇਖ ਰਹੇ ਹੋ ਕਿਵੇਂ ਨਾਲ-ਨਾਲ ਕਿਹੜੇ ਪਿੰਡ ਜਾਈਦਾ ਕਿੱਥੇ ਜਾਂਦਾ ਨਿੱਕੇ-ਨਿੱਕੇ ਜਵਾਕ ਨੇ ਵਿਚਾਰੇ ਦੇ ਉਹ ਵੀ ਕਰੇ ਹਨਾ ਤੇ ਬਹੁਤ ਔਖਾ ਹੋ ਜਾਂਦਾ ਬਾਈ ਆਮ ਆਮ ਬੰਦੇ ਨੂੰ ਇਦਾਂ ਛੁਪ ਕੇ ਰਹਿਣਾ ਬੜਾ ਔਖਾ ਹੈ ਸੋ ਇਸ ਲਈ ਇਦਾਂ ਦੀਆਂ ਸਰਕਾਰ ਨੂੰ ਕੋਝੀਆਂ ਚਾਲਾਂ ਤੋਂ ਬਾਹਰ ਜਾਉਣਾ ਚਾਹੀਦਾ ਤੇ ਨੌਜਵਾਨੀ ਜਿੰਨੀ ਪੰਜਾਬ ਦੀ ਨੌਜਵਾਨੀ ਹੈ ਤੁਸੀਂ ਤਾਂ ਹੀ ਤੁਹਾਡਾ ਫਿਊਚਰ ਸੇਵ ਰਹਿਣਾ ਜੀ ਅਸੀਂ ਹੱਕ ਸੱਚ ਦੀ ਲੜਾਈ ਲੜ ਕੇ ਆਪਦੀਆਂ ਜ਼ਮੀਨਾਂ ਬਚਾਲੀਆਂ ਸੋ ਆਓ ਦਿੱਲੀ ਨੂੰ ਵੱਡੀਆਂ ਡਾਰਾਂ ਬਨ ਕੇ ਚੱਲੀਏ ਜਿਨ੍ਹਾਂ ਵੱਡੀਆਂ ਡਾਰਾਂ ਬਨ ਕੇ ਚੱਲੀਏ ਗੱਲ ਕਰੀ ਆ ਕਿੰਨੇ ਲੋਕ ਇਕੱਠੇ ਹੋ ਜਾਂਦੇ ਨੇ ਪਿੰਡਾਂ ਦੇ ਵਿੱਚ ਜਾਣੇ ਹੋ ਤੁਸੀਂ ਤਾਂ ਦੇਖਦੇ ਹੋ ਵੀ ਇੰਨੇ ਲੋਕ ਆਹ ਪਿੰਡ ਦੇ ਵਿੱਚ ਇਕੱਠੇ ਹੋ ਗਏ ਇੰਨਾ ਕਿ ਸਾਨੂੰ ਸਾਹਸ ਮਿਲ ਗਿਆ ਕਿੰਨੇ ਕੁ ਲੋਕ ਇਕੱਠੇ ਹੁੰਦੇ ਨੇ ਦੇਖੋ ਜਿਹੜੇ ਨਾ ਸੂਝਵਾਨ ਲੋਕ ਨੇ ਉਹ ਤਾਂ ਪਹਿਲਾਂ ਹੀ ਉਹ ਤਾਂ ਨਾਲ ਨੇ ਉਹ ਤਾਂ ਉਹ ਤਾਂ ਫੋਨ ਖੁਦ ਕਰਦੇ ਨੇ ਜਿਵੇਂ ਹੁਣ ਸਾਡੇ ਏਰੀਆ 'ਚ ਮੈਨੂੰ ਕਰਨੇ ਬਾਈ ਇੱਧਰ ਵੀ ਕਰ ਲਓ ਕਿਸੇ ਦਿਨ ਇੱਧਰ ਵੀ ਰੱਖ ਲਓ ਉਹ ਤਾਂ ਆਪ ਕਮੇਟੀਆਂ ਕਰਾਉਂਦੇ ਨੇ ਵੀ ਜੇ 10 ਜਾਣਾ ਯਾਰ ਉੱਥੇ 20 ਜਣੇ ਹੋ ਜਾਣ ਅਸੀਂ ਇੱਕ ਬੰਦਾ ਵੀ ਇੱਕ ਘਰੋਂ ਤੋੜ ਲਿਆ ਨਾ ਤਾਂ ਅਸੀਂ ਸਫਲ ਹਾਂ ਇਹ ਮੇਰਾ ਮੰਨਣਾ ਹੈ ਸੋ ਇਸ ਲਈ ਮੰਨ ਲਓ 13000 ਸਮਥਿੰਗ ਪਿੰਡ ਹੈ ਪੰਜਾਬ ਦੇ ਵਿੱਚ ਤੇ ਅਸੀਂ ਇੱਕ ਇੱਕ ਆਪਾਂ ਪਿੰਡ ਪਿੰਡ ਦੇ ਵਿੱਚੋਂ ਮੰਨ ਲਓ ਉੱਚ 100 ਘਰ ਨੇ 500 ਘਰ ਨੇ ਤੇ ਇੱਕ ਇੱਕ ਬੰਦਾ ਵੀ ਲੈ ਕੇ ਇੱਕ ਪਿੰਡ ਚੋਂ 500 ਬੰਦਾ ਤਾਂ ਇਹ ਗਿਣਤੀ ਕਿੱਥੇ ਹੋਗੀ ਜਿਵੇਂ 26 ਨੂੰ ਤਿਲਸਟ ਨੂੰ ਜਗ੍ਹਾ ਦੇ ਸੀ ਨਾ ਤੁਸੀਂ ਵੀ ਉੱਥੇ ਸੀ ਆਪਾਂ ਉੱਥੇ ਦੇਖਿਆ ਉਹ ਪੀਕ ਤੇ ਅੰਦੋਲਨ ਦੇਖਿਆ ਸੋ ਅਸੀਂ ਚਾਹੁੰਦੇ ਵੀ ਅੰਦੋਲਨ ਉਦਾਂ ਹੀ ਹੋ ਜਵੇ ਇਸ ਲਈ ਲੋਕਾਂ ਨੂੰ ਬਾਰ-ਬਾਰ ਜਾ ਕੇ ਮੋਟੀਵੇਟ ਕਰੀਦਾ ਦੇਖੋ ਇਹਦੇ ਵਿੱਚ ਸਿੰਗਰ ਭਰਾ ਸਾਥ ਦੇ ਰਹੇ ਨੇ ਬਾਈ ਕਮਰਾ ਜਿੱਟਲਾ ਹੋ ਗਿਆ ਨਹੀਂ ਆਪਾਂ ਹਰਫ ਮੱਟ ਬਾਈ ਬੈਠਾ ਸ਼ੇਰਾਂ ਵਾਲਾ ਢਿੱਲਾ ਹੋ ਸੋ ਸਾਰੇ ਆਏ ਆ ਤੇ ਇਸੇ ਲਈ ਆ ਬੀ ਲੋਕਾਂ ਨੂੰ ਮੋਟੀਵੇਟ ਕਰੀਏ ਯਾਰ ਦੇਖੋ ਅਸੀਂ ਘਰੇ ਆ ਕੇ ਬਹਿ ਕੇ ਕੀ ਅਸੀਂ ਜਿੱਤ ਗਏ ਅਸੀਂ ਕਿਉਂ ਪਿੰਡਾਂ ਨੂੰ ਮੋੜਾ ਆਓ ਵਾਪਸ ਦਿੱਲੀ ਚਲੀਏ ਤੇ ਇਹ ਹਿਟਲਰ ਨੂੰ ਮਾਂ ਸਰਕਾਰ ਜਿਹੜੇ ਸਾਡੇ ਸੰਘ ਜਗੂਠਾ ਦੇ ਰਹੀ ਹੈ ਇਹਨੂੰ ਰੋਕੀਏ ਤੇ ਬਿਲਵਾਰ ਦਾ ਅਧ ਕਰਾ ਕੇ ਮੁੜੀਏ ਇੱਕ ਝੰਡੇ ਥੱਲੇ ਇਕੱਠੇ ਆ ਅੱਜ ਨਿਸ਼ਾਨ ਸਾਹਿਬ ਦੇ ਥੱਲੇ ਬੈਠੇ ਆ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਬੈਠੇ ਆ ਕੀ ਲੱਗਦਾ ਹੈਗਾ ਵੀ ਕਦੋਂ ਤੱਕ ਤੱਕ ਜਿੱਤ ਜਾਂਗੇ ਆਪਾਂ ਇਹ ਸੋ ਦੋ ਲੜਨ ਨੂੰ ਦੇਖੋ ਗੁਰੂ ਮਹਾਰਾਜ ਦੀ ਬੜੀ ਕਿਰਪਾ ਰਹੀ ਹੈ ਹਣਾ ਕਦੋਂ ਦਾ ਤਾਂ ਕਿਹਾ ਨਹੀਂ ਜਾ ਸਕਦੇ ਤਾਂ ਉਸ ਅਕਾਲ ਪੁਰਖ ਉਸ ਵਾਹਿਗੁਰੂ ਦੇ ਹੱਥ ਹੈ ਪਰ ਹਾਂ ਸਾਡਾ ਜਿਹੜਾ ਇਰਾਦਾ ਉਦ੍ਰੜ ਹੋਣਾ ਚਾਹੀਦਾ ਸਾਡੇ ਅੰਦਰ ਪੋਜ਼ਿਟਿਵਿਟੀ ਹੋਣੀ ਚਾਹੀਦੀ ਹੈ ਸਾਨੂੰ ਪੋਜ਼ਿਟਿਵ ਸੋਚ ਨਾਲ ਅੱਗੇ ਵਧਣਾ ਚਾਹੀਦਾ ਕਦੋਂ ਤਾਂ ਇਹ ਤਾਂ ਬਹੁਤ ਇਹ ਸਵਾਲ ਨਹੀਂ ਹੁੰਦੇ ਜੇ ਇਹੀ ਕਿਤੇ ਉਦਮ ਸਿੰਘ ਕਰਤਾਰ ਸਿੰਘ ਸਰਾਬੇ ਰਈ ਜਾਂ ਭਗਤ ਸਿੰਘ ਵਰਗੇ ਸੋਚ ਲੈਂਦੇ ਵੀ ਕਦੋਂ ਆ ਜਾਊਗਾ ਤਾਂ ਸ਼ਾਇਦ ਬਹੁਤ ਸਮਾਂ ਲੱਗ ਜਾਂਦਾ ਇਸ ਲਈ ਕਦੋਂ ਕਿਵੇਂ ਇਹ ਮੈਂ ਸਮਝਦਾ ਮੇਰਾ ਮੇਰੀ ਪਰਸਨਲ ਹੈ ਵੀ ਇਹ ਗੱਲਾਂ ਜਾਇਜ਼ ਨਹੀਂ ਆ ਇਹ ਜਾਇਜ਼ ਆ ਸੀ ਕਿੰਨੇ ਵੱਧ ਇਕੱਠ ਲੈ ਕੇ ਕਿੰਨੇ ਲੋਕਾਂ ਨੂੰ ਆਪਦੇ ਹੱਕਾਂ ਲਈ ਜਗਾ ਕੇ ਉਹਨਾਂ ਚ ਇਹ ਚਿੰਗ ਜਾਗਦੀ ਆ ਇਸ ਹੱਕ ਸੱਚ ਨਾਲ ਖੜਨ ਦੀ ਤੇ ਇਸ ਝੂਠ ਦੇ ਵਿਰੁੱਧ ਇਸ ਜਿਹੜਾ ਹਿਟਲ ਨਵਾ ਪ੍ਰਧਾਨ ਮੰਤਰੀ ਆਇਆ ਇਹਨੂੰ ਹਰਾਉਣ ਲਈ ਕਿੰਨੇ ਲੋਕ ਇਕੱਠਾ ਬਲੇ ਨੇ ਇਹ ਜ਼ਰੂਰੀ ਹੈ ਇਸ ਲਈ ਤੁਸੀਂ ਅੱਜ ਦੇਖਿਆ ਤੁਸੀਂ ਦੇਖ ਹੀ ਰਹੇ ਹੋ ਕਿ ਇਹ ਇੱਕ ਪੰਡਾ ਮੰਡੀ ਕਲਾਂ ਜਿੱਥੇ ਬੈਠੇ ਆ ਪੰਜ 500 ਤੋਂ 600 ਬੰਦੇ ਦਾ ਇਕੱਠੇ ਤੇ ਜਿਹੜੇ ਕਿਉਂਕਿ ਕਰੋਨਾ ਵੀ ਚੱਲਦਾ ਹੈ ਅੰਦਰ ਵੀ ਨਹੀਂ ਸਾਰੇ ਕੁਝ ਬਾਹਰ ਮੰਜੀਆਂ ਡਾਈਆਂ ਹੋਈਆਂ ਨੇ ਦਰਖਤਾਂ ਥੱਲੇ ਬੈਠੇ ਨੇ ਇਸ ਲਈ ਇਕੱਠਾ ਬਹੁਤ ਵੱਡੇ ਹੋ ਜਾਂਦੇ ਨੇ ਤੇ ਭਰਪੂਰ ਹੰਗਾਰਾ ਮਿਲ ਰਿਹਾ ਸੁਖ ਮੇਰਾ ਪੁੱਛਣ ਦਾ ਮਤਲਬ ਇਹ ਸੀਗਾ ਵੀ ਸਟੇਜਾਂ ਦੇ ਉੱਪਰੋਂ ਵੀ ਭੰਡਾ ਜਾ ਰਿਹਾਗਾ ਦੁਬਾਰਾ ਫੇਰ ਉਹੀ ਆ ਜਿਵੇਂ ਕਹਿੰਦੇ ਨੇ ਪੰਜਾਬੀ ਦੀ ਇੱਕ ਕਹਾਵਤ ਆ ਉਹੀ ਬਾਹਾਂ ਉਹੀ ਕਹਾੜੀ ਦੁਬਾਰਾ ਫੇਰ ਉਹੀ ਪ੍ਰਚਾਰ ਕਰਨਾ ਸ਼ੁਰੂ ਹੋ ਗਿਆ ਇਹ ਲੱਖੇ ਦੇ ਬੰਦੇ ਸੀ ਯਾਰੋ ਗ੍ਰਾਹਾਂ ਸਾਹਿਬ ਵੱਲੋਂ ਪਿਛਲੇ ਦਿਨੀ ਆਇਆ ਕਿ ਮੇਰੀਆਂ ਗੱਡੀਆਂ ਦੇ ਹਾਕੀਆਂ ਮਾਰੀਆਂ ਗਈਆਂ ਕੀ ਇਹ ਸੱਚ ਆ ਦੇਖੋ ਹਰ ਇੱਕ ਚੀਜ਼ ਨੂੰ ਹੈਨਾ ਕੋਈ ਵੀ ਇਹਨਾਂ ਸਾਡੇ ਅੰਦਰ ਹੈ ਵੀ ਜੇ ਸਹੀ ਕੀਤਾ ਉਹ ਮੈਂ ਕੀਤਾ ਜੇ ਗਲਤ ਕੀਤਾ ਤੂੰ ਕੀਤਾ ਸਾਡੇ ਅੰਦਰ ਪੰਜਾਬੀਆਂ ਦੀ ਮਾਨਸਿਕਤਾ ਦੇ ਵਿੱਚੇ ਪੜ ਚੁੱਕਿਆ ਵਾ ਹਨਾ ਅਸੀਂ ਉਹ ਧੌਣ ਦੇ ਵਿੱਚੋਂ ਕਿੱਲੇ ਨਹੀਂ ਕੱਢ ਰਹੇ ਜਿਹੜੇ ਸਾਡੇ ਇਕੱਲੇ ਇਕੱਲੇ ਦੀ ਧੌਣ ਛਿਆ ਮੈਂ ਕਿਸੇ ਨੂੰ ਟਾਰਗੇਟ ਨਹੀਂ ਕਰਦਾ ਕਿਉਂਕਿ ਫੇਰ ਐਲੀਗੇਸ਼ਨ ਆ ਜਾਂਦਾ ਜੀ ਇਹ ਕਰਦੇ ਨੇ ਯਾਰ ਅਸੀਂ ਉੱਥੇ ਹੁਣ ਗੱਡੀ ਦੇ ਸ਼ੀਸ਼ੇ ਉਹਦੀ ਤੁਸੀਂ ਇਨਵੈਸਟੀਗੇਸ਼ਨ ਕਰਾਓ ਲੱਖੇ ਦੇ ਬੰਦੇ ਹੁਣ ਕੋਈ ਗਲਤ ਕਰ ਦਿੰਦਾ ਉਹ ਲੱਖੇ ਦਾ ਬੰਦਾ ਹੋ ਗਿਆ ਯਾਰ ਇਹ ਤਾਂ ਬੇਤੁਕੀ ਜੀ ਗੱਲ ਆ ਯਾਰ ਅਸੀਂ ਤਾਂ ਬਾਰ-ਬਾਰ ਬਾਰ-ਬਾਰ ਅੱਗੋਂ ਨਮੰਤਾ ਕਰ ਕਰ ਰਹੇਗੇ ਤੁਹਾਨੂੰ ਵੀ ਪਤਾ ਹੈ ਮੈਂ ਕਿੰਨੀ ਵਾਰੀ ਕਿਹਾ ਵੀ ਨਹੀਂ ਯਾਰ ਇੱਕੇ ਦੀ ਗੱਲ ਕਰ ਲਓ ਇਹਦੇ ਵਿੱਚ ਜਦ ਕਿ ਸਾਡੇ ਹੀ ਵਿੱਚ ਲੋਕ ਸਾਡੇ ਵਿਰੋਧ ਕਰਨ ਲੱਗ ਗਿਆ ਤੁਸੀਂ ਦੇਖ ਲਿਆ ਹੋਣਾ ਬਾਈ ਗੁਰਪ੍ਰੀਤ ਸਿੰਘ ਮਿੰਟੂ ਵਾਲਾ ਕਿੱਡਾ ਰੌਲਾ ਪੈਂਦਾ ਹੈ ਅਣਾ ਉਸ ਤੋਂ ਬਾਅਦ ਦੀਪ ਹੁਣੀ ਆ ਕੇ ਉਹਨਾਂ ਨੂੰ ਐ ਲੱਗਦਾ ਕਿ ਆ ਸ਼ਾਇਦ ਅਸੀਂ ਯਾਰ ਵੀ ਇਸ ਚੀਜ਼ ਨੂੰ ਹੈਨਾ ਵੀ ਅਸੀਂ ਚੁੱਪ ਕਰ ਗਏ ਜਾਂ ਅਸੀਂ ਇਸ ਚੀਜ਼ ਨੂੰ ਇਸ ਪਾਸੇ ਲੈ ਕੇ ਜਾਣਾ ਚਾਹੁੰਦੇ ਆ ਯਾਰ ਸਭ ਟੜੇ ਛੱਡ ਦੋ ਸਾਰੇ ਬੰਦੇ ਆਪਣੇ ਨੇ ਚਾਹੇ ਉਹ ਲੱਖਾ ਹੈ ਚਾਹੇ ਦੀਪ ਹੈ ਚਾਹੇ ਜੱਥੇਬੰਦियां ਨੇ ਇੱਕ ਹੋ ਜੋ ਇੱਕ ਮੁੱਠੋਏ ਤੋਂ ਬਣਾ ਨਹੀਂ ਬਚਣਾ ਜਦੋਂ ਅਸੀਂ ਇੱਕ ਮੁੱਠ ਹੋ ਕੇ ਅੰਦੋਲਨ ਲਈ ਖੜ ਗਏ ਨਾ ਤਾਂ ਇਹ ਕੋਈ ਵੀ ਸ਼ਕਤੀ ਇੱਕੇ ਨੂੰ ਹਰਾ ਨਹੀਂ ਸਕਦੀ ਹੁੰਦੀ ਇਸ ਲਈ ਇੱਕਾ ਹੋਣਾ ਜ਼ਰੂਰੀ ਹੈ ਜਦੋਂ ਇੱਕਾ ਹੋ ਗਿਆ ਆਪਾਂ ਜਿੱਤ ਜਾਾਂਗੇ ਸੁਖ ਵੀ ਇੱਕੇ ਦੀ ਗੱਲ ਕਰਦਾ ਲੱਖਾ ਵੀ ਇੱਕੇ ਦੀ ਗੱਲ ਕਰਦਾ ਦੀਪ ਵੀ ਇੱਕੇ ਦੀ ਗੱਲ ਕਰਦਾ ਆ ਕਮਰਗਰੇ ਵਾਲ ਵੀ ਇੱਕੇ ਦੀ ਗੱਲ ਕਰਦਾ ਚੀਮਾ ਵੀ ਇੱਕੇ ਦੀ ਗੱਲ ਕਰਦਾ ਵਿੱਚ ਲੋਕ ਇਹੋ ਜਿਹੇ ਨੇ ਕਹਿ ਦਿੰਦੇ ਨੇ ਯਾਰ ਸਾਡੇ ਤੋਂ ਬਿਨਾ ਜਿੱਤੇ ਨਹੀਂ ਜਾਣਾ ਇਹ ਅੰਦੋਲਨ ਅਸੀਂ ਆ ਜੋ ਕੁਛ ਹੈਗੇ ਆ ਵਿੱਚ ਇਹ ਵੀ ਬਿਆਨ ਆ ਜਾਂਦੇ ਨੇ ਸੱਦੀ ਨਾ ਬੁਲਾਈ ਮੈਂ ਲੜੀ ਤਾਈਏ ਨੌਜਵਾਨਾਂ ਨੂੰ ਕਿਹੜਾ ਸੱਦਿਆ ਗਿਆ ਸੀ ਕਿਸੇ ਵੱਲੋਂ ਕੀ ਲੱਗਦਾ ਫਿਰ ਇਹ ਇਹ ਬਿਆਨਾਂ ਨੂੰ ਸੁਣ ਕੇ ਯਾਰ ਇਹ ਸੌੜੀ ਮਾਨਸਿਕਤਾ ਹੀ ਹੈ ਉਹਨਾਂ ਨੂੰ ਨਾ ਮੈਂ ਉਹੀ ਪਹਿਲਾਂ ਕਿਹਾ ਵੀ ਧੌਣ 'ਚ ਕਿੱਲੇ ਨੇ ਉਹਨਾਂ ਨੂੰ ਐ ਲੱਗਦਾ ਕਿ ਅੰਦੋਲਨ ਸਾਡੇ ਸਿਰ ਤੇ ਚੱਲ ਰਿਹਾ ਨਹੀਂ ਅੰਦੋਲਨ ਆ ਜਿਹੜੇ ਖੜੇ ਨੇ ਆ ਸਾਰੇ ਇਹਨਾਂ ਦੇ ਸਿਰ ਤੇ ਚੱਲ ਰਿਹਾ ਅੰਦੋਲਨ ਇਹਨਾਂ ਦਾ ਹੈ ਨਾ ਕਿ ਕਿਸੇ ਵਿਸ਼ੇਸ਼ ਵਿਅਕਤੀ ਦਾ ਜੇ ਇਹ ਨਾ ਹੋਣ ਆਮ ਲੋਕ ਆਮ ਕਿਸਾਨ ਨਾ ਹੋਣ ਤਾਂ ਯਾਰ ਕਿੱਥੋਂ ਅਸੀਂ ਅੰਦੋਲਨ ਕਰ ਲਾਂਗੇ ਹਨਾ ਗੁਰੂ ਮਹਾਰਾਜ ਨੇ ਅੰਦੋਲਨ ਅੱਗੇ ਵੀ ਹੋਏ ਨੇ ਤੁਸੀਂ ਉਹ ਦੇਖਿਆ ਹੋਣਾ ਇਧਰਲੇ ਕਿਸਾਨ ਸੀ ਕੇਰਲਾ ਕਰਨਾਟਕਾ ਦੇ ਜਾਂ ਕਿਸੇ ਹੋਰ ਰਾਜ ਦੇ ਸੀਗੇ ਉਹ ਆਏ ਤਾਂ ਦੋ ਤਿੰਨ ਦਾ ਨਾ ਵੱਧ ਬੈਠੇ ਨਹੀਂ ਇਹ ਜਿਹੜੇ ਗੁਰੂ ਮਹਾਰਾ ਦਾ ਲੰਗਰ ਚੱਲਦੇ ਨੇ ਇਹ ਸਾਡੇ ਮੀਰੀ ਪੀਰੀ ਦਾ ਇਤਿਹਾਸ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਜਾਈ ਅਸੀਂ ਬੱਚੇ ਬਾਬਾ ਬਘੇਲ ਸਿੰਘਾਂ ਦੇ ਵਾਰਸ ਇਹ ਸਾਰੀ ਗੁਰੂਆਂ ਦੀ ਕਿਰਪਾ ਹੈ ਆ ਜਿਹੜੇ ਇੰਨੇ ਬੰਦੇ ਖੜੇ ਨੇ ਕੀ ਤੁਹਾਨੂੰ ਲੱਗਦਾ ਕਿ ਇਹਨਾਂ ਤੋਂ ਬਿਨਾ ਕਿਸੇ ਵਿਸ਼ੇਸ਼ ਵਿਅਕਤੀ ਅੰਦੋਲਨ ਕਰ ਰਿਹਾ ਨਹੀਂ ਅੰਦੋਲਨ ਆਮ ਲੋਕਾਂ ਦਾ ਹੈ ਉਹ ਤਾਂ ਆਮ ਲੋਕਾਂ ਦੇ ਵਿੱਚੋਂ ਉੱਠ ਕੇ ਜਿਹਨੂੰ ਬੋਲਣਾ ਆਉਂਦਾ ਉਹਨੂੰ ਅਸੀਂ ਮੂਰੇ ਲਾ ਲੈਨੇ ਆ ਤੇ ਉਹ ਲੀਡਰ ਬਣ ਜਾਂਦਾ ਹੈ ਲੀਡਰ ਇਹ ਨਹੀਂ ਵੀ ਉਹ ਸਾਰਾ ਉਹ ਸਾਰੀ ਕੌਮ ਉਹਦੇ ਅੰਡਰ ਹੋ ਗਈ ਜਾਂ ਸਾਰੇ ਲੋਕ ਉਹਦੇ ਅੰਡਰ ਹੋ ਗਏ ਨਹੀਂ ਈ ਉਹਨਾਂ ਨੇ ਸਿਰਫ ਇਹ ਆ ਵੀ ਉਹਨਾਂ 'ਚ ਮੰਨ ਲਓ ਮੈਂ ਆ ਵੀ ਆ ਸੁਖ ਨੂੰ ਆ ਗੱਲ ਬੋਲਣੀ ਆਉਂਦੀ ਐ ਸੁਖ ਇਹ ਇਹ ਗੱਲ ਸੁਖ ਬੋਲੂਗਾ ਇਹ ਚੀਜ਼ ਐ ਇਸ ਲਈ ਇਹ ਵਹਿਮ ਕੱਢ ਦੋ ਕਿ ਸਾਡਾ ਮੇਰਾ ਜਾਂ ਕਿਸੇ ਦਾ ਜਾਂ ਲੱਖੇ ਦਾ ਜਾਂ ਦੀਪ ਦਾ ਜਾਂ ਭਾਈ ਕੰਵਰ ਦਾ ਜਾਂ ਜੱਥੇਬੰਦੀਆਂ ਦਾ ਨਹੀਂ ਅੰਦੋਲਨ ਆਮ ਲੋਕਾਂ ਦਾ ਹੈ ਆਮ ਲੋਕਾਂ ਦੇ ਸਿਰ ਤੇ ਅਸੀਂ ਉੱਥੇ ਬੈਠੇ ਆਂ ਜੇ ਆਮ ਲੋਕ ਨਾ ਕੰਟਰੀਬਿਊਟ ਕਰਦੇ ਪੈਸੇ ਪਿੰਡੋਂ-ਪਿੰਡੋਂ ਇਕੱਠੇ ਨਾ ਕਰਦੇ ਤਾਂ ਉੱਥੇ ਰਾਸ਼ਨ ਕਿੱਦਾਂ ਪਹੁੰਚਦਾ ਲੰਗਰ ਕਿੱਦਾਂ ਚੱਲਦੇ ਹੈ ਨਾ ਜਾਂ ਹੋਰ ਚੀਜ਼ਾਂ ਜਿਹੜੀਆਂ ਉੱਥੇ ਕੂਲਰ ਪੱਖੇ ਅਸੀਂ ਲਾਏ ਬੈਠੇ ਆ ਕਿੱਥੋਂ ਆਉਂਦੇ ਸੋ ਇਸ ਲਈ ਆਮ ਲੋਕਾਂ ਦਾ ਲੋੜਣਾ ਕਿਸੇ ਵਿਸ਼ੇਸ਼ ਵਿਅਕਤੀ ਦਾ ਨਹੀਂ ਹੈ ਸੁਖ ਜਾਂਦੇ ਜਾਂਦੇ ਇੱਕ ਸਵਾਲ ਆ ਬੜਾ ਵੱਡਾ ਹੈਗਾ ਉਹ ਕੰਟਰੋਵਰਸੀ ਲੱਖੇ ਦੀ ਤੇ ਦੀਪ ਦੀ ਵੀ ਖੜੀ ਕਰਨ ਦੀ ਕੋਸ਼ਿਸ਼ ਕਰੀ ਆਡੀਓ ਲੀਕ ਹੁੰਦੀ ਆ ਕਿਵੇਂ ਦੇਖਦੇ ਹੋ ਸਾਰੀਆਂ ਚੀਜ਼ਾਂ ਯਾਰ ਟਿਲੋ ਨਾ ਯਕੀਨੀ ਰਹਿ ਗਿਆ ਕਿਸੇ ਤੇ ਮੈਂ ਤੁਹਾਨੂੰ ਸੱਚ ਦੱਸਾਂ ਹੁਣ ਆਪਾਂ ਬੈਠੇ ਆਪਾਂ ਗੱਡੀ 'ਚ ਬੈਠੇ ਆ ਆਪਾਂ ਕੌਮਨ ਆਪਦੀ ਗੱਲ ਕਰ ਰਹੇ ਆ ਉਹਦੇ ਵਿੱਚ ਹੁਣ ਮੈਨੂੰ ਤਾਂ ਪਤਾ ਵੀ ਇੱਥੇ ਢਿਲੋ ਆ ਯਾਰ ਕੋਈ ਗੱਲ ਨਹੀਂ ਹੋਣੀ ਪਰ ਤੁਸੀਂ ਰਿਕਾਰਡਿੰਗ ਕਰਕੇ ਮੇਰੀ ਚੀਜ਼ ਵਾਇਰਲ ਕਰ ਦਿਓ ਆਪਾਂ ਦੋ ਖੜੇ ਆ ਨਾ ਮੱਲੋ ਮੱਲੀ ਆਪਾਂ ਆ ਤੀਜਾ ਖੜਾ ਹੈ ਇਹਦੇ ਬਾਰੇ ਮੱਲੋ ਮੱਲੀ ਗੱਲ ਹੋ ਜਾਣੀ ਆ ਯਾਰੇ ਪਾਏ ਆ ਆਪਣੇ ਕੋਈ ਦਿਲਾਂ 'ਚ ਨਹੀਂ ਆ ਉਹਦੇ ਪ੍ਰਤੀ ਪਰ ਉਹ ਮੱਲੋ ਮੱਲੀ ਇਹ ਸਾਡੀ ਇਨਸਾਨੀ ਫਿਤਰਤ ਆ ਆਪਾਂ ਕਹਿ ਲਈਏ ਉਹ ਆ ਕਿਉਂਕਿ ਹਰ ਬੰਦਾ ਇਨਸਾਨ ਆ ਇੱਕ ਬੜੀ ਰੱਬ ਉਹ ਜਿਹਨੂੰ ਸਾਰਾ ਕੁਝ ਮਾਫ ਆ ਜਾਂ ਜਿਹੜਾ ਸਾਰਾ ਕੁਝ ਇਸ ਇਸ ਚੀਜ਼ਾਂ ਤੋਂ ਹੀ ਪਰੇ ਆ ਜਿਹੜਾ ਇਨਸਾਨ ਆ ਉਹ ਚੁਗਲੀ ਵੀ ਕਰੂ ਉਹ ਨਿੰਦਿਆ ਵੀ ਕਰੂ ਉਹ ਜੈਲਸ ਵੀ ਕਰੂ ਕਿਉਂਕਿ ਇਨਸਾਨ ਆ ਇਨਸਾਨ ਕਦੀ ਰੱਬ ਨਹੀਂ ਹੋ ਸਕਦਾ ਇਸ ਲਈ ਇਹ ਸਾਡੇ ਅੰਦਰ ਹੈ ਇਹ ਸਾਡਾ ਮਨੁੱਖੀ ਵਰਤਾਰਾ ਹੈ ਇਸ ਲਈ ਜਿਹੜੀਆਂ ਯਾਰ ਗੱਲਾਂ ਆਪਸ ਵਿੱਚ ਕਈ ਵਾਰੀ ਹੋ ਜਾਂਦੀਆਂ ਨੇ ਹੁਣ 50 ਗੱਲਾਂ ਹੋ ਜਾਂਦੀਆਂ ਨੇ ਜਦ ਕਿ ਤੁਹਾਨੂੰ ਇਹ ਵੀ ਗੱਲ ਪਤਾ ਹੈ ਤੁਸੀਂ ਲਖੇ ਜਾਂ ਦੀਪ ਦਾ ਨਾਮ ਲਿਆ ਦੀਪ ਨਾਲ ਅਸੀਂ ਹਰ ਇੱਕ ਜਦੋਂ ਵੀ ਉੱਥੇ ਹੁੰਦਾ ਸੀ ਸਭ ਤੋਂ ਉਹਦੇ ਐ ਹੁੰਦਾ ਸੀ ਵੀ ਸੌਖ ਉਹਦੇ ਨੇੜੇ ਆ ਪਰ ਹਾਰ ਕੇ ਕੀ ਹੋਇਆ ਗੱਲਾਂ ਕੀ ਨਿਕਲੀਆਂ ਵਿੱਚੋਂ ਵੀ ਹੁਣ ਸਾਰੇ ਅਲੱਗ-ਅਲੱਗ ਹੋਏ ਫਿਰਦੇ ਨੇ ਯਾਰ। ਇਹ ਕਾਰਨ ਕੀ ਐ? ਕਾਰਨ ਆ ਜਿਹੜਾ ਸਾਨੂੰ ਆਪਣੇ ਆਪ ਤੇ ਵਿਸ਼ਵਾਸ ਨਹੀਂ ਰਿਹਾ। ਆਪਣੇ ਆਪ ਦੇ ਨਾਲ ਕਿਸੇ ਤੇ ਵਿਸ਼ਵਾਸ ਨਹੀਂ ਰਿਹਾ। ਕੀ ਤੇ ਕਰੀਏ ਹੁਣ ਦੱਸੋ। ਉੱਥੇ ਬੈਠਿਆ ਇੱਕ ਗੱਲ ਹੋ ਗਈ ਤਾਂ ਉਹਨੂੰ ਉਹ ਬਾਅਦ ਚ ਤਿੰਨਾਂ ਮਹੀਨਿਆਂ ਬਾਅਦ ਉਹ ਵਾਇਰਲ ਹੋ ਜਾਂਦੀ ਐ। ਉਹਦੇ ਵਿੱਚ ਅਸੀਂ ਵੀ ਦੋਸ਼ੀ ਬਣ ਜਾਂਦੇ ਹਾਂ ਉੱਥੇ ਗੱਲ ਸੁਣਨ ਦੇ। ਕਹਣਾ ਉਹ ਕਿੱਦਾਂ ਹੋਇਆ ਕੀ ਹੋਇਆ ਉਹਦੇ ਹਾਲਾਤਾਂ ਦਾ ਜਾਇਆ ਕਰੋ ਯਾਰ। ਤੁਹਾਨੂੰ ਸੋਸ਼ਲ ਮੀਡੀਆ ਦੇਤਾ ਉਹ ਬਾਂਦਰ ਦੇ ਅੱਛ ਡੱਬੂ ਜਦੋਂ ਡੱਬੀ ਦੇਤੀ ਵੀ ਆਗਾਂ ਲਾਈ ਜਾਂਦਾ। ਅੱਗ ਲਾ ਕੇ ਡੱਬੂ ਕੰਨ ਤੇ। ਯਾਰ ਇਹ ਨਾ ਨਾ ਕਰੋ ਇਹਦੇ ਨਾਲ ਅੰਦੋਲਨ ਨਾ ਤਾਂ ਇਸ ਜਿਹੜੀਆਂ ਇਹ ਫੇਸਬੁੱਕ ਦੇ ਨਾਲ ਕਦੀ ਇਨਕਲਾਬ ਆਏ ਨੇ ਮੈਂ ਸਮਝਦਾ ਗਰਾਊਂਡ ਤੇ ਕੰਮ ਕਰਨਾ ਪੈਂਦਾ ਜੇ ਫੇਸਬੁੱਕ ਬੁੱਕ ਨਾਲ ਇਨਕਲਾਬ ਆਉਂਦੇ ਤਾਂ 2017 ਚ ਦਿੱਲੀੋਂ ਇੱਕ ਪਾਰਟੀ ਦੀ ਸਰਕਾਰ ਬਣ ਜਾਂਦੀ ਜਿਹੜੀਆਂ ਕਿ ਫੇਸਬੁੱਕ ਤੇ 100 ਸੀਟਾਂ ਆ ਰਹੀਆਂ ਸੀ ਇਸ ਲਈ ਗਰਾਊਂਡ ਤੇ ਆਓ ਗਰਾਊਂਡ ਤੇ ਤੁਸੀਂ ਕੀ ਕਰਦੇ ਹੋ ਗਰਾਊਂਡ ਤੇ ਕੰਮ ਕੀ ਕੀਤਾ ਫੇਸਬੁੱਕਾਂ ਨੇ ਕੁਝ ਨਹੀਂ ਹੋਣਾ ਜ਼ਰੂਰ ਹੈ ਇਹ ਇਹ ਸੰਚਾਰ ਦਾ ਸਾਧਨ ਸਾਧਨਾ ਹੈ ਇਹਨੂੰ ਉੱਥੇ ਤੱਕ ਵਰਤੋ ਆਓ ਡਟ ਕੇ ਪੂਰੀ ਤਰ੍ਹਾਂ ਆਪ ਦਾ ਜਿੰਨੇ ਸਾਡੀ ਜੋਰ ਆ ਜਿੰਨੇ ਅਸੀਂ ਬੰਦੇ ਲਾ ਜਾ ਸਕਦੇ ਆ ਦਿੱਲੀ ਡਟਿਏ ਜੇ ਸਾਡੀਆਂ ਜ਼ਮੀਨਾਂ ਬਚਣਗੀਆਂ ਜ਼ਮੀਰਾਂ ਬਚਣਗੀਆਂ ਤਾਂ ਹੀ ਆਉਣ ਵਾਲੀ ਬੱਚਿਆਂ ਦੇ ਸਾਰੇ ਬੱਚੇ ਖੜੇ ਨੇ ਇਹਨਾਂ ਦਾ ਪੂ ਇੱਕੇ ਸੰਦੋਲਨ ਤੇ ਆ ਨਹੀਂ ਇਹ ਕੱਲ ਨੂੰ ਸਾਨੂੰ ਕਹਿਣਗੇ ਵੀ ਹਾਂ ਕੀ ਗੱਲ ਜਦੋਂ ਜ਼ਮੀਨਾਂ ਦਾ ਸਾਡੇ ਹੱਕਾਂ ਦਾ ਰੌਲਾ ਸੀ ਅੰਦੋਲਨ ਸੀ ਤੁਸੀਂ ਕਿਉਂ ਨਹੀਂ ਗਏ ਜਿਵੇਂ ਅੱਜ ਤੋਂ ਜੇ ਮੈਂ ਇਹ ਗੱਲ ਕਹਿ ਦਨਾ ਬਜ਼ੁਰਗ ਬੜੀ ਤਦਾਦ ਚ ਖੜੇ ਨੇ ਕਿ ਜਦੋਂ ਇਹ ਜੇ 40 50 ਸਾਲ ਪਹਿਲਾਂ ਉਦੋਂ ਇਸ ਚੀਜ਼ਾਂ ਲਈ ਲੜ ਲੈਂਦੇ ਤਾਂ ਸ਼ਾਇਦ ਸਾਡੇ ਤੇ ਨੌਬਤ ਨਾ ਆਉਦੀ ਇਸ ਲਈ ਅਸੀਂ ਇਥੋਂ ਭੱਜ ਨਹੀਂ ਸਕਦੇ ਇਥੋਂ ਮੁਨਕਰ ਨਹੀਂ ਹੋ ਸਕਦੇ ਅਸੀਂ ਇਸ ਅੰਦੋਲਨ ਦੇ ਲਈ ਇਸ ਮਿੱਟੀ ਦੇ ਲਈ ਇਸ ਪੰਜਾਬ ਦੀ ਖਸਲਤ ਲਈ ਅਸੀਂ ਖੜੇ ਆ ਤੇ ਖੜੇ ਰਾਵਾਂਗੇ ਜਿੰਨਾ ਚਿਰ ਇਹ ਪੰਜਾਬ ਦੁਬਾਰਾ ਰੰਗਲਾ ਨਹੀਂ ਹੋ ਜਾਂਦਾ ਦੇਖੋ ਸਟੇਜਾਂ ਤੋਂ ਬੋਲਦਿਆਂ ਇਹ ਲੜਾਈ ਫਸਲਾਂ ਦੀ ਨਹੀਂ ਇਹ ਨਸਲਾਂ ਦੀ ਵੀ ਆ ਇਹ ਕਣਕਾਂ ਦੀ ਨਹੀਂ ਇਹ ਅਣਖਾਂ ਦੀ ਵੀ ਲੜਾਈ ਆ ਹਮੇਸ਼ਾ ਸੁਣਦੇ ਆ ਹਮੇਸ਼ਾ ਲਿਖਦੇ ਆ ਹਨ ਇਹ ਚੀਜ਼ਾਂ ਕੀ ਲੱਗਦਾਗਾ ਵੀ ਜਿਹੜੀਆਂ ਲੜਾਈਆਂ ਨੇ ਕਦੋਂ ਤੱਕ ਪੰਜਾਬ ਨੂੰ ਲੜਨੇ ਆ ਪੈਣੀਆਂ ਆਈ ਵਾਰ ਜਿਹੜਾ ਮਾਰ ਆ ਉਹ ਪੰਜਾਬ ਹੀ ਚੱਲਦਾਗਾ ਦੇਖੋ ਇਹਦੇ ਵਿੱਚ ਮੈਂ ਸਮਝਦਾ ਜਿੰਨੇ ਅਸੀਂ ਖੜੇ ਵਿੱਚ ਮੈਂ ਆ ਸਾਰੇ ਇਹਨਾਂ ਦਾ ਕਸੂਰ ਹੈ ਕਿਸੇ ਦਾ ਕਸੂਰ ਨਹੀਂ ਸਾਡਾ ਖੁਦ ਦਾ ਕਸੂਰ ਕਸੂਰਵਾਰ ਅਸੀਂ ਆ ਅਸੀਂ ਅੱਖਾਂ ਬੰਦ ਕਰਕੇ ਭੇਡਾਂ ਬਣ ਜਾਂਦੇ ਆ 100 ਰੁਪਏ ਦੀ दारू ਦੀ ਬੋਤਲ ਪਿੱਛੇ ਵਿਕ ਜਾਂਦੇ ਆ ਅਸੀਂ ਜਦੋਂ ਉਹ ਅਸੀਂ ਉਦੋਂ ਸੋਚਦੇ ਆ ਲੈ ਵੀ ਅੱਜ ਆਪਾਂ 2 ਦਿਨ ਠੀਕ ਆ ਆਪਾਂ 15 ਦਿਨ ਵੋਟਾਂ ਨਜ਼ਾਰੇ ਕਢ ਲੈ ਬਾਅਦ ਜਿਹੜਾ 5 ਸਾਲ ਸਾਡੇ ਬੱਚਾਂ ਰੋਣਾ ਪੈਂਦਾ 1947 ਤੋਂ ਲੈ ਕੇ ਅੱਜ ਕਿਹੜਾ ਸਾਲ ਚੜ ਗਿਆ 21 ਚੜ ਗਿਆ ਮੈਨੂੰ ਦੱਸ ਦਿਓ ਕਿਹੜੇ ਬੱਚੇ ਦਾ ਉਹ ਇੱਕ ਸੁਰੱਖਤ ਹੈ 1.5 ਲੱਖ ਬੱਚਾ ਹਰ ਸਾਲ ਵਿਦੇਸ਼ਾਂ ਨੂੰ ਹਿਜਰਤ ਕਰ ਜਾਂਦਾ ਹੈ ਕਿਉਂ ਭੱਜਦੇ ਆ ਜੇ ਇੱਥੇ ਰਹਿਣ ਨਾ ਇਹ ਇਹ ਮਿੱਟੀ ਸਭ ਤੋਂ ਵਧੀਆ ਹੈ ਪੁਰਾਣੀਆਂ ਬੀਬੀਆਂ ਕਹਿੰਦੀਆਂ ਹੁੰਦੀਆਂ ਸੀ ਭਾਈ ਇਹ ਮਿੱਟੀ ਦਾ ਬੰਦੇ ਹਰੇ ਕਰ ਦਿੰਦੀ ਆ ਇਹ ਇਹ ਚੀਜ਼ਾਂ ਨਾ ਇਹ ਸਾਡੀ ਮਿੱਟੀ ਇਹਨੂੰ ਪਵਿੱਤਰ ਨੂੰ ਛੱਡ ਕੇ ਅਸੀਂ ਯਾਰ ਧਰਤੀ ਨੂੰ ਛੱਡ ਕੇ ਅਸੀਂ ਇਹ ਤੋਂ ਪਗੋੜੇ ਹੋ ਗਏ ਕਿਉਂ ਕਿ ਸਿਸਟਮ ਵੜਾ ਹੈ ਤੇ ਸਿਸਟਮ ਵੜਾ ਕੀਤਾ ਕਿਹਨਾਂ ਅਸੀਂ ਆ ਮੰਨ ਲਓ ਮੈਂ ਅੱਜ ਵਿਦੇਸ਼ੋਂ ਆਇਆ ਮੈਂ ਕੈਨੇਡਾ ਤੋਂ ਆਇਆ ਕਿਸੇ ਦਾ ਮੈਨੂੰ ਕਚਹਿਰੀ ਥਾਣੇ ਕੰਮ ਪੈ ਗਿਆ ਨਾ ਉਹ ਮੈਂ ਕਹਣਾ ਲੈ ਫੜ ਯਾਰ ਆ ਕੜ 1000 ਰੁਪਿਆ ਫੜ ਜਿਹੜਾ ਉਹ 1000 ਰੁਪਿਆ ਦੇਤਾ ਉਹ ਤੁਹਾਡੇ ਸਾਰੇ ਪਿੰਡ ਦੀ ਤੁਹਾਡੇ ਇਲਾਕੇ ਦੀ ਸਾਰਿਆਂ ਦੀ ਮੱਤ ਮਾਰੇਗੀ ਫੇਰ ਉਹ ਬੰਦੇ ਨੂੰ ਝਾਟ ਲੱਗ ਗਈ ਤੁਸੀਂ ਉਹਨੂੰ ਝ ਬੀ ਐਨਟੀ ਗੱਲ ਹੋਣਾ ਤਾਂ ਦੋਦ ਦੇਣਾ ਫਿਰ ਉਹਨੇ ਕੰਮ ਤਾਂ ਕਰਨਾ ਜਦੋਂ ਪੈਸੇ ਦੇਣੇ ਆ ਇਸ ਲਈ ਸਿਸਟਮ ਸਾਡਾ ਹੀ ਵਿਗਾੜਿਆ ਹੋਇਆ ਸਾਨੂੰ ਹੀ ਸੁਧਾਰਨਾ ਪੈਣਾ ਸਾਡਾ ਦੇਸ਼ ਆ ਸਾਡਾ ਪੰਜਾਬ ਆ ਸਾਡੀ ਮਿੱਟੀ ਆ ਇਹਨੂੰ ਛੱਡ ਕੇ ਅਸੀਂ ਮੁਨਕਰ ਕਿਤੇ ਨਹੀਂ ਜਾ ਸਕਦੇ ਯਾਰ ਇਹ ਤੋਂ ਮੁਨਕਰ ਨਹੀਂ ਹੋ ਸਕਦੇ ਇਸ ਲਈ ਮੈਂ ਤਾਂ ਇਹੀ ਕਹਿਣਾ ਹੁਣਾ ਜੋ ਮਰਜ਼ੀ ਹੋ ਜੇ ਜਿੱਦਾਂ ਮਰਜ਼ੀ ਹੋ ਜੇ ਤੁਸੀਂ ਕਿਹਾ ਵੀ ਹੋਣ ਦੀ ਲੜਾਈ ਆ ਬਿਲਕੁਲ ਹੋਣ ਦੀ ਲੜਾਈ ਆ ਇਹ ਫਸਲਾਂ ਨਹੀਂ ਐ ਸਾਡੀਆਂ ਨਸਲਾਂ ਦਾ ਰੌਲਾ ਜੇ ਅਸੀਂ ਆ ਨਾ ਆ ਨਸਲਾਂ ਖਤਮ ਹੋ ਜਾਣੀਆਂ ਨੇ ਰਹਿਣੀਆਂ ਨੇ ਨਸਲਾਂ ਕਿਉਂਕਿ ਇਹ ਅਸੀਂ ਜਿਉਨੇ ਕਿਉਂ ਪੰਜਾਬ ਇੱਕ ਖੇਤੀਬਾੜੀ ਦਾ ਸੂਬਾ ਹੈ ਇੱਥੇ ਜੇ ਕੋ ਖੇਤੀ ਨਾ ਹੋਊ ਤਾਂ ਮੈਨੂੰ ਲੱਗਦਾ ਨਹੀਂ ਵੀ ਇੱਥੇ ਚੱਲੂਗਾ ਕਿਉਂਕਿ ਸਾਡੇ ਕੋਲ ਇਡੀਆਂ ਇੰਡਸਟਰੀ ਜਾਂ ਬਿਜ਼ਨਸ ਨਹੀਂ ਹੈ ਸੋ ਇਸ ਲਈ ਜੇ ਜ਼ਮੀਨ ਹੀ ਨਾ ਬੱਚੂ ਤਾਂ ਖੇਤੀ ਕਿੱਥੋਂ ਹੋਊਗੀ ਇਹ ਹੁਣ ਵੀ ਤੁਹਾਨੂੰ ਕਿਸੇ ਦੇ 2 ਕਿਲੇ ਨੇ ਕਿਸੇ ਦੇ 2.5 ਨੇ ਗਾ ਦੋ ਪੁੱਤ ਨੇ ਉਹ ਰਹਿ ਕੀ ਗਿਆ ਉਹਨੇ ਵਿੱਚੋਂ ਕੀ ਕੱਢ ਲਾਂਗੇ ਕੀ ਕਮਾਵਾਂਗੇ ਇਸ ਲਈ ਇੱਕੇ ਚ ਆਜੋ ਇਕੱਠੇ ਹੋ ਜੀਏ ਇਸ ਮਿੱਟੀ ਦੀ ਆਪਾਂ ਇਸ ਮਿੱਟੀ ਲਈ ਲੜੀਏ ਪੰਜਾਬ ਉਹ ਸੂਬਾ ਹੈ ਜਿਹੜਾ ਦੁਨੀਆ ਦੇ ਵਿੱਚ ਇਹੋ ਜੀ ਧਰਤੀ ਕਿਤੇ ਨਹੀਂ ਹੈ ਸੋ ਇਹਨੂੰ ਛੱਡ ਕੇ ਭਗੌੜੇ ਨਾ ਹੋ ਇੱਥੇ ਡਟੋ ਤੁਸੀਂ ਜਿਹੜੇ ਆਈਲਰਟਸ ਕਰਕੇ ਬਾਹਰ ਨੂੰ ਜਾਂਦੇ ਹੋ ਉਹਨਾਂ ਨੂੰ ਮੈਂ ਤੁਹਾਡੇ ਮਾਧਿਅਮੇ ਰੇ ਬੇਨਤੀ ਕਰਦਾ ਹੈ ਕਿ ਤੁਸੀਂ ਪੀਸੀ ਪੀਸੀਐਸ ਆਈਪੀਐਸ ਵਰਗੇ ਟੈਸਟ ਕਰੋ ਡੀਸੀ ਐਸਡੀਐਮ ਵੱਡੇ ਵੱਡੇ ਅਫਸਰ ਲੱਗੋ ਤਾਂ ਜੋ ਯਾਰ ਅਸੀਂ ਇਹ ਪੰਜਾਬ ਬਚਾ ਲਈਏ ਇਸ ਮਿੱਟੀ ਲਈ ਖੜੋ ਯਾਰ ਇਹਨੇ ਸਾਨੂੰ ਸਾਡੇ ਬਜ਼ੁਰਗਾਂ ਨੇ ਇੱਥੇ ਸਾਹ ਲਏ ਨੇ ਇਹਨੇ ਸਾਨੂੰ ਜੰਮਿਆ ਇਹਨੇ ਸਾਨੂੰ ਪਾਲਿਆ ਅੱਜ ਇੱਥੇ ਲੈ ਕੇ ਆਈਏ ਸੋ ਇਸ ਮਿੱਟੀ ਤੋਂ ਪਘੋੜੇ ਨਾ ਹੋਵੋ ਸੋ ਤੁਸੀਂ ਕਿਹਾ ਵੀ ਆਈਪੀਐਸ ਵਰਗੇ ਪੀਸੀਐਸ ਵਰਗੇ ਟੈਸਟਾਂ ਦੀ ਤਿਆਰੀ ਕਰੋ ਡੀਸੀ ਬਣੋ ਐਸਡੀਐਮ ਬਣੋ ਨੌਕਰੀਆਂ ਲਈ ਤਾਂ ਪਹਿਲਾਂ ਹੀ ਲੜ ਰਹੇ ਨੇ ਰੋਜ਼ਗਾਰ ਤਾਂ ਪਹਿਲੇ ਹੀ ਨਹੀਂ ਮਿਲ ਰਿਹਾ ਪ ਸਿੱਖਿਆ ਮੰਤਰੀ ਦੀ ਕੋਠੀ ਨੂੰ ਘਰਾਓ ਕਰੀ ਬੈਠੇ ਨੇ ਕਿਦੋਂ ਦੇ ਬੇਰਜਗਾਰ ਜਿਹੜੇ ਟੀਚਰ ਨੇ ਵੀ ਆਡ ਫਰੰਟ ਵਾਲੇ Google ਤੇ ਸਰਚ ਮਾਰੇ ਉਹ ਕਿੰਨੇ ਡੀਸੀ ਸਾਡੇ ਪੰਜਾਬ ਚੋਂ ਨੇ ਪੂਰੇ ਪੰਜਾਬ ਦੇ ਵਿੱਚ ਕਿੰਨੇ ਬਾਹਰੋਂ ਨੇ ਸਾਡੇ ਕੋਲੇ ਡੀਸੀ ਆਉਦੇ ਨਹੀਂ ਐ ਸਾਡੇ ਕੋਲੇ ਐਸਡੀਐਮ ਤੱਕ ਆਉਦੇ ਨਹੀਂ ਐ ਸਾਡੇ ਕੋਲੇ ਐਸਐਸਪੀ ਕਿੰਨੇ ਬਾਹਰੋਂ ਲੱਗ ਗਏ ਜਿਹੜੀ ਚੀਜ਼ ਅਸੀਂ ਕਰਨੀ ਐ ਉਹ ਟੀਚਿੰਗ ਲਾਈਨ ਦੀ ਇੱਕ ਗੱਲ ਅਲੱਗ ਐ ਮੈਂ ਮੰਨਦਾ ਹਾਂ ਸਰਕਾਰ ਦਾ ਬਹੁਤ ਵੱਡਾ ਦੋਸ਼ ਆ ਉਹ ਨੌکریاں ਨਹੀਂ ਮਿਲਦੀ ਪਰ ਸਾਡੇ ਕੋਲੇ ਪੀਸੀਐਸ ਕਿੰਨੇ ਨੇ ਸਾਡੇ ਕੋਲੇ ਆਈਪੀਐਸ ਕਿੰਨੇ ਨੇ ਆਈਏਐਸ ਕਿੰਨੇ ਨੇ ਇਹ ਦੇਖਣ ਵਾਲੀ ਗੱਲ ਐ ਅਸੀਂ ਉਧਰ ਨੂੰ ਮੂਵੀ ਨਹੀਂ ਕਰਦੇ ਸਾਡੇ ਤਾਂ ਨਾ ਜਵਾਕਾਂ ਦੇ ਵਿੱਚ ਇੱਕ ਇੱਕ ਚਸਕਾ ਬੈ ਗਿਆ ਵੀ ਅਸੀਂ ਤਾਂ ਭਾਈ ਜਾ ਚੜਨਾ ਬਾਹਰ ਜਾਣਾ ਬਾਹਰ ਇਹੋ ਜਿਹਾ ਕੀ ਆ ਯਾਰ ਉੱਥੇ ਬੰਦਾ ਮਸ਼ੀਨ ਬਣ ਜਾਂਦਾ 24 ਘੰਟੇ ਤੁਸੀਂ ਡਿਊਟੀ ਕਰੇ ਡਿਊਟੀ ਕਰੇ ਯਾਰ ਅਸੀਂ ਉਹ ਮਸ਼ੀਨਾਂ ਥੋੜੀ ਬਣਨਾ ਯਾਰ ਅਸੀਂ ਇਨਸਾਨ ਆ ਯਾਰ ਰੱਬ ਦਾ ਸਭ ਤੋਂ ਸੋਹਣੀ ਜੇ ਮਨੁੱਖੀ ਜ਼ਿੰਦਗੀ ਆ ਸਭ ਤੋਂ ਕਿਉਂਕਿ ਹੋਰ ਵੀ ਜੀਵ ਜੰਤੂ ਨੇ ਪਰ ਮਨੁੱਖ ਕਿਉਂ ਬਣਾਇਆ ਇਹ ਜੀ ਸਕੇ ਇਹ ਦੇਖ ਸਕੇ ਇਹ ਚੀਜ਼ਾਂ ਨੂੰ ਹੰਡਾ ਸਕੇ ਯਾਰ ਅਸਤੇ ਉੱਥੇ ਮਸ਼ੀਨਾਵਾਂ ਮੰਨ ਥੋੜੀ ਜਾਣਾ ਉਸ ਧਰਤੀ ਤੇ 24 ਘੰਟੇ ਜਿਵੇਂ ਸੁਣਿਆ ਕਿਉਂਕਿ ਵੀ ਉੱਥੇ ਬਰਫ਼ ਜ਼ਿਆਦਾ ਪੈਂਦੀ ਹੈ ਠੰਡੇ ਮੁਲਕ ਨੇ ਨਾ ਉੱਥੇ ਕੁਝ ਹੁੰਦਾ ਹੈ ਨਾ ਵਾਸਤਾ ਥੋੜੇ ਦਿਨ ਸੂਰਜ ਨਿਕਲਦਾ ਜੇ ਥੋੜਾ ਸਮਾਂ ਕੀਤੀ ਹੁੰਦੀ ਹੈ ਅਸੀਂ ਉਸ ਉਧਰ ਨੂੰ ਭੱਜ ਲੈ ਯਾਰ ਕਿਉਂ ਭੱਜੇ ਆ ਇੱਥੋਂ ਦੇ ਮਾੜੇ ਸਿਸਟਮ ਕਰਕੇ ਭੱਜਿਆ ਤੁਹਾਡਾ ਜਾਇਜ਼ ਹੈ ਵੀ ਨੌਕਰੀਆਂ ਜਿਸ ਪਾਸੇ ਨੂੰ ਮੈਂ ਕਹਿਣਾ ਮੈਂ ਲਿਜਾਣਾ ਚਾਹੁੰਨਾ ਨਾ ਵੀ ਪੀਸੀ ਆਸ ਆਈਪੀਐਸ ਵਰਗੇ ਟੈਸਟ ਕਲੀਅਰ ਕਰੋ ਉਹ ਤੁਸੀਂ ਕਰ ਲਿਆ ਤਾਂ ਤੁਹਾਨੂੰ ਜਾਓ ਮਿਲਣੀ ਮਿਲਣੀ ਹੈ ਤੁਸੀਂ ਕਿਸੇ ਨਾ ਕਿਤੇ ਲੱਗਣਾ ਹੀ ਹੈ ਇਹ ਇਹ ਬਹੁਤ ਸਾਡੇ ਲਈ ਭਿਆਨਕ ਸਮਾਂ ਹੈ ਕਾਰਨ ਕੀ ਹੈ ਤੁਸੀਂ ਗੂਗਲ ਤੇ ਸਰਚ ਕਰੋ ਵੀ ਕਿੰਨੇ ਡੀਸੀ ਬਾਹਰਲੇ ਨੇ ਜਦੋਂ ਡੀਸੀ ਬਾਹਰਲੇ ਲਾਗੇ ਪੰਜਾਬ ਦੇ ਵਿੱਚ ਆ ਕੇ ਇਧਰੋਂ ਕੇਰਲਾ ਕਰਨਾਟਕਾ ਜਾਂ ਯੂਪੀ ਤੋਂ ਉਧਰ ਆਈਪੀਐਸ ਵਾਲੇ ਕਰਦੇ ਨੇ ਤਾਂ ਉਹ ਸਾਡੀ ਮੁਸ਼ਕਲਾਂ ਕਿੱਥੋਂ ਸਮਝਣਗੇ ਆ ਪਿੰਡ ਵਾਲੇ ਖੜੇ ਨਹੀਂ ਇਹਨਾਂ ਦੀਆਂ ਮੁਸ਼ਕਲਾਂ ਨੂੰ ਇੱਕ ਯੂਪੀ ਦੇ ਬੰਦੇ ਨੂੰ ਕੀ ਪਤਾ ਇਹਨਾਂ ਦੀਆਂ ਮੁਸ਼ਕਲਾਂ ਪੰਜਾਬ ਦੇ ਬੰਦੇ ਨੂੰ ਪਤਾ ਕੋਈ ਲੁਧਿਆਣੋਂ ਆ ਗਿਆ ਕੋਈ ਜਗਰਾਵਾਂ ਤੋਂ ਆ ਗਿਆ ਮੋਗੇ ਤੋਂ ਲੱਗ ਗਿਆ ਤਾਂ ਉਹਨਾਂ ਨੂੰ ਪਤਾ ਹੈ ਵੀ ਕੀ ਮੁਸ਼ਕਲਾਂ ਨੇ ਕੀ ਦਿੱਕਤਾਂ ਨੇ ਇਸ ਲਈ ਸਾਨੂੰ ਇਧਰ ਨੂੰ ਮੂਵ ਕਰਨਾ ਪਊਗਾ ਸਾਨੂੰ ਆਵੇ ਤੌਰ ਤਰੀਕੇ ਬਦਲਣੇ ਪੈਣਗੇ ਪੁਰਾਣੇ ਬਜ਼ੁਰਗ ਗੋੜ ਨਾਲ ਰੋਟੀ ਖਾਂਦੇ ਸੀ ਕਿਸੇ ਨੂੰ ਸ਼ੂਗਰ ਸੁਣਿਆ ਸੀ ਉਸ ਤੋਂ ਬਾਅਦ ਇਹੋ ਜਿਹੀ ਇੱਕ ਹਰੀ ਕ੍ਰਾਂਤੀ ਇਹਨਾਂ ਨੇ ਲਿਆਤੀ ਬਜ਼ੁਰਗ ਖੜੇ ਨੇ ਉਹਨਾਂ ਵੱਧ ਪਤਾ ਹੈ ਕਹਿੰਦੇ ਸੀ ਇਹਦੇ ਨਾਲ ਕਿਸਾਨ ਕਿਸਾਨ ਖੁਸ਼ਹਾਲ ਹੋ ਜਾਊਗਾ ਹਰੀ ਕ੍ਰਾਂਤੀ ਨੇ ਸਾਡਾ ਨੁਕਸਾਨ ਨਹੀਂ ਕੀਤਾ ਆ ਸ਼ੂਗਰ ਥਾਇਰਾਇਡ ਬੀਪੀ ਆ ਕਣਕ ਤੋਂ ਅਲਰਜੀਆ ਇਹ ਬਿਮਾਰੀਆਂ ਸਾਨੂੰ ਕਿੱਥੇ ਸੀ ਯਾਰ ਸਾਡੇ ਦਾ ਜੀਨ ਸੇ ਨਾਲ ਲੜਨਦੇ ਸੀ ਅਸੀਂ ਤਾਂ ਬਹੁਤ ਤਾਕਤਵਰ ਇਨਸਾਨ ਸੀਗੇ ਸਾਡਾ ਸਾਡੀ ਹਿਸਟਰੀ ਫਲੋ ਪਰ ਸਾਨੂੰ ਖਤਮ ਕਰਨ ਲਈ ਇਸ ਕੌਮ ਨੂੰ ਖਤਮ ਕਰਨ ਲਈ ਪੰਜਾਬੀਅਤ ਨੂੰ ਖਤਮ ਕਰਨ ਲਈ ਇਹ ਜਿਹੜੀ ਹਰੀ ਕ੍ਰਾਂਤੀ ਲਿਆਂਦੀ ਗਈ ਹੁਣ ਸੇਮ ਡਿੱਟੋ ਆ ਜਵਾਕਾਂ ਦਾ ਫਿਊਚਰ ਖਤਮ ਕਰ ਲਿਆ ਬਿੱਲ ਲਿਆਂਦੇ ਗਏ ਨੇ ਜੇ ਅਸੀਂ ਅੱਜ ਇਹਨਾਂ ਵਿਰੁੱਧ ਨਾ ਲੜੇ ਰੱਦ ਨਾ ਕਰਾਈ ਤਾਂ ਇਹਨਾਂ ਦਾ ਕੋਈ ਇੱਕ ਵੀ ਨਾਸ ਹੋ ਜਾਊਗਾ ਇਸ ਲਈ ਅੰਦੋਲਨ ਬਹੁਤ ਜ਼ਰੂਰੀ ਹੈ ਬਿੱਲ ਜਿੰਨਾ ਬਹੁਤ ਜ਼ਰੂਰੀ ਰਿਹਾ ਸਾਡੇ ਲਈ ਬਿਮਾਰੀ ਦੀ ਗੱਲ ਕਰੀਏ ਬਿਮਾਰੀ ਹੁਣ ਕਰੋਨਾ ਆ ਗਿਆ ਕਰੋਨਾ ਨੂੰ ਦੇਖਦੇ ਹੋਏ ਕਹਿੰਦੇ ਵੀ ਧਰਨੇ ਚੁੱਕ ਲੋ ਇਥੋਂ ਵੀ ਇਹਦੇ ਨਾਲ ਕਿਸਾਨ ਨੇ ਜਿਹੜੇ ਅंदोलਨ ਦੇ ਵਿੱਚ ਕਰੋਨਾ ਫਲਾ ਰਹੇ ਨੇ ਹਰਿਆਣੇ ਦੇ ਵਿੱਚ ਬੈਠੇ ਨੇ ਹਰਿਆਣੇ ਦੇ ਵਿੱਚ ਸਭ ਤੋਂ ਜ਼ਿਆਦਾ ਕਹਿੰਦੇ ਵੀ ਕਰੋਨਾ ਫੈਲ ਰਿਹਾ ਦਿੱਲੀ ਦੇ ਵਿੱਚ ਕਰੋਨਾ ਫੈਲ ਰਿਹਾ ਆਇਦਨ ਇੱਕ ਮੌਤ ਹੁੰਦੀ ਆ ਇੱਕ ਨਹੀਂ ਅਨੇਕਾਂ ਹੀ ਹੁੰਦੀਆਂ ਨੇ ਦਿੱਲੀ ਦੇ ਵਿੱਚ ਆਪਾਂ ਸਿਵੇ ਬਲ ਦੇ ਦੇਖ ਰਹੇ ਹਾਂ ਸੋਸ਼ਲ ਮੀਡੀਆ ਤੇ ਕਿਵੇਂ ਦੇਖਦੇ ਹਾਂ ਫਿਰੇ ਸਾਰੀਆਂ ਚੀਜ਼ਾਂ ਨੂੰ ਇਹ ਦੋ ਚੀਜ਼ਾਂ ਪਹਿਲਾਂ ਮੈਂ ਸਵਾਲ ਦਾ ਜਵਾਬ ਦੇ ਦਵਾਂ ਸਿਵੇ ਬਲ ਦੇ ਦੇਖਦੇ ਹਾਂ ਹੁਣ ਦਿੱਲੀ ਇੱਕ ਬਹੁਤ ਵੱਡਾ ਸ਼ਹਿਰ ਹੈ ਐਗਜ਼ਾਮਪਲ ਚੰਡੀਗੜ੍ਹ ਦੀ ਲੈ ਲਓ ਜੇ ਪੂਰੇ ਚੰਡੀਗੜ੍ਹ ਦੇ ਵਿੱਚ ਤੁਹਾਨੂੰ ਦੋ ਸਿਵੇ ਦੇ ਦੇਣ ਕਿ ਵੀ ਕਰੋਨਾ ਪੋਜ਼ਿਟਿਵ ਦਾ ਇਲਾਜ ਇੱਥੇ ਹੀ ਹੋਣਾ ਹੈ ਕਿਤੇ ਤਾਂ 1 ਮਿੰਟ ਦੇ ਵਿੱਚ ਆਪਾਂ ਕਹ ਲਈ ਵੀ 400 ਵੇ ਨੇ ਪਰਾਮਾਤਮਕ ਕਰੇ ਉੱਥੇ ਹੋ ਗਿਆ ਤਾਂ ਉਹ ਅਲੱਗ-ਅਲੱਗ ਹੋ ਜਾਣਾ ਕਿਤੇ ਆਪਾਂ 10 ਮਿੰਟਾਂ ਨੂੰ ਕਹਦੀ ਇੱਕੋ ਹੀ ਸੇਵਾ ਹੈ ਫਿਰ ਉਹ ਲਾਈਨ ਤਾਂ ਲੱਗੂਗੀ ਨਾ ਹੁਣ ਉਹ ਕਹਤਾ ਵੀ ਕੋਰੋਨਾ ਪਾਸਟਰ ਇਲਾਜ ਇੰਨੇ ਸੈਕਟਰ ਜਾਂ ਇੱਥੇ ਹੀ ਹੋਊਗਾ ਫਿਰ ਉੱਥੇ ਲੈਣਾ ਲੱਗਣੀ ਤਾਂ ਲਾਜ਼ਮੀ ਨੇ ਮੈਂ ਨਹੀਂ ਕਹਦਾ ਬਿਮਾਰੀ ਨਹੀਂ ਹੈ WHO ਨੇ ਕਿਹਾ ਬਿਮਾਰੀ ਹੈ ਬਿਲਕੁਲ ਹੈ ਅਸੀਂ ਬਿਮਾਰੀ ਤੋਂ ਮੁਨਕਰ ਨਹੀਂ ਕਰ ਹੁੰਦੇ ਆਪਦਾ ਬਚਾਅ ਵੀ ਰੱਖੋ ਇਹ ਵੀ ਜ਼ਰੂਰੀ ਹੈ ਪਰ ਬਿਮਾਰੀ ਆਈ ਕਿਵੇਂ ਅਸੀਂ ਕੁਦਰਤ ਨਾਲ ਘੱਟ ਖਲਵਾੜ ਕੀਤਾ ਅਸੀਂ ਕੁਦਰਤ ਦੇ ਹੋਏ ਕਿੱਥੋਂ ਆ ਤੁਸੀਂ ਇੱਕ ਮੈਂ ਪਿਛਲੇ ਦਿਨੀ ਲਾਈਵ ਵੀ ਕੀਤਾ ਸੀ ਆਪਦੇ ਆਪਦੇ ਪੇਜ ਤੇ ਆ ਸਾਰੇ ਬਜ਼ੁਰਗ ਖੜੇ ਨੇ ਹੁਣ ਮੈਨੂੰ ਐ ਹੁੰਦਾ ਵੀ ਕਈ ਵਾਰ ਨਾ ਫਿਰ ਕਹਿ ਲੈਂਦੇ ਯਾਰ ਤੂੰ ਇਹ ਚੀਜ਼ਾਂ ਤੇ ਬੋਲਦਾ ਅਸੀਂ ਖੇਤ ਖਲਿਆਣ ਕੋਈ ਦਰਖਤ ਛੱਡਿਆ ਅਸੀਂ ਉਹ ਪੰਜਾਬੀ ਉਹ ਜ਼ਿਮੀਦਾਰ ਹੋ ਗਏ ਜਿਨ੍ਹਾਂ ਨੇ ਇਸ ਥੋੜੇ ਥੋੜੇ ਆਪਾਂ ਕਹ ਲਈਏ ਵੀ ਝਾੜ ਵਧਾਉਣ ਲਈ ਅਸੀਂ ਪਈਆਂ ਨੂੰ ਐ ਵੱਢ ਕੇ ਲੈ ਗਏ ਇੰਨੀ ਇੰਨੀ ਥਾਂ ਨੂੰ ਅਸੀਂ ਵੱਢ ਕੇ ਆਪਦੇ ਖੇਤਾਂ 'ਚ ਮਿਲਾ ਲਿਆ ਹਾਲ ਕੀ ਹੋਇਆ ਪੰਜਾਬ ਦੇ ਵਿੱਚ ਦਰਖਤਾਂ ਦਾ ਕਾਹਨ ਹੋ ਗਿਆ ਹੁਣ ਆਹਾ ਕਣਕ ਦੇ ਆਪਾਂ ਸਾਰਿਆਂ ਨੇ ਦੇਖਿਆ ਉਹਦੇ ਲਾਂਗੇ ਨੂੰ ਅੱਗ ਲਾਈ ਜਦਕਿ ਝੋਨੇ ਦੇ ਪਰਾਲੀ ਨੂੰ ਅੱਗ ਮੰਨਿਆ ਇੱਥੇ ਅੱਗ ਕਿਉਂ ਫਿਰ ਜੇ ਅੱਗ ਲਾਤੀ ਤਾਂ ਸੀ ਇਹਨਾਂ ਨੇ ਖਿਆਲ ਕਰ ਸਕਦੇ ਮੇਰੇ ਕੋਲੇ ਸਾਰੀਆਂ ਫੁਟੇਜ ਪਈਆਂ ਜਿਹੜੇ ਪਿਛਲੇ 10 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਅਸੀਂ ਖੇਤਾਂ ਦੇ ਨਾਲ ਖੜੇ ਦਰਖਤ ਮਚਾਤੇ ਪੂਰੇ ਵੱਡੇ ਵੱਡੇ ਸਫੈਦੇ ਤੱਕ ਮਚਾਤੇ ਅਸੀਂ ਐਡੇ-ਐਡੇ ਬੂਟਿਆਂ ਦਾ ਕਤਲ ਕੀਤਾ ਅਸੀਂ ਕਹਾਂਣ ਕੀਤਾ ਇਹ ਕਤਲ ਹੈ ਇਹ ਅਸੀਂ ਕੀ ਜਾਨਵਰ ਵੀ ਮੱਛੇ ਕਿੰਨਾ ਜਾਨਵਰ ਮੱਛਿਆ ਉਹ ਹੀ ਕਹਿ ਰਹਿਣਾ ਫਿਰ ਜਦੋਂ ਅਸੀਂ ਕੁਦਰਤ ਨਾਲ ਖੇਡਵਾੜ ਕਰਾਂਗੇ ਫਿਰ ਬਾਈ ਕੁਦਰਤ ਨੇ ਕੋਰੋਨਾ ਚੁਰੋਣੇ ਦਾ ਦੇਣਾ ਹੀ ਨੇ ਕੁਦਰਤ ਨੇ ਵਾਪਸ ਜਿਹੜੀ ਚੀਜ਼ ਅਸੀਂ ਦਿੱਨੇ ਆ ਉਹਨੇ ਵਾਪਸ ਤਾਂ ਦੇਣੀ ਆ ਇਸ ਲਈ ਮੈਂ ਪਿਛਲੇ ਪਿੰਡ ਵੀ ਬੋਲਦਾ ਸੀ ਯਾਰ ਆਪ ਦਾ ਕਸੂਰ ਮੰਨੀਏ ਮੈਂ ਸੁੱਖ ਜਗਰਾਉ ਆਪਦੇ ਆਪ ਨੂੰ ਸੁਧਾਰ ਲਾਂ ਫਿਰ ਮੇਰੇ ਘਰ ਦੇ ਫਿਰ ਮੇਰਾ ਏਰੀਆ ਫਿਰ ਮੇਰਾ ਪਿੰਡ ਫਿਰ ਮੇਰਾ ਸ਼ਹਿਰ ਫਿਰ ਪੰਜਾਬ ਸੁਧਰ ਜੂ ਸਾਨੂੰ ਆਪਣੇ ਆਪ ਨੂੰ ਸੁਧਾਰਨ ਤੇ ਜੋੜ ਦੇਣਾ ਪਊਗਾ ਇਸ ਲਈ ਕੁਦਰਤ ਨਾਲ ਖਿਲਵਾੜ ਬੰਦ ਕਰੋ ਆਓ ਹੱਕ ਸੱਚ ਲਈ ਡਟ ਕੇ ਜਾਂ ਇੱਕ ਮੈਂ ਬੇਨਤੀ ਇਹੀ ਹੋਰ ਕਰਦਾ ਯਾਰ ਹਨਾ ਇਹ ਨਾ ਕਹਦਾ ਕੋਰੇ ਹੁਣ ਲਾਈਟ ਦੇ ਲਾਈਟ ਆਉਣ ਲੱਗੀ ਤਾਂ ਅਸੀਂ ਬਾਣੇ ਪੂਰੇ ਭਾਰਤ ਤੇ ਛੱਪੜ ਬਣਾ ਦੇ ਹੁਣ ਯਾਰ ਲੋੜ ਹੀ ਨਹੀਂ ਹੈ ਅਮੀਨ ਅਸੀਂ ਪਾਣੀ ਛੱਡ ਕੇ ਕੀ ਕਰਨਾ ਵਿੱਚ ਯਾਰ ਅਸੀਂ ਛੱਪੜ ਕਿਉਂ ਬਣਾਤੇ ਯਾਰ ਪਾਣੀ ਸਾਡੇ ਕੋਲੇ ਮੁੱਕੇ ਜਾਂਦੇ ਨੇ ਕੱਲ ਇੱਕ ਅਰਬ ਕੰਟਰੀ ਤੋਂ ਆਇਆ ਹੋਇਆ ਬੰਦਾ ਮੈਨੂੰ ਜਲੰਧਰ ਏਰੀਆ 'ਚੋਂ ਫੋਨ ਆਇਆ ਕਹਿੰਦਾ ਬਾਈ ਸਾਨੂੰ ਪਤਾ ਹੈ ਅਸੀਂ ਅਰਬ 'ਚ ਰਹਿੰਦੇ ਆ ਵੀ ਕੀ ਪਾਣੀ ਦਾ ਮਹੱਤਵ ਹੈ ਤੇ ਇਸ ਲਈ ਪਾਣੀ ਜਿੰਨਾ ਬਚਾ ਸਕਦੇ ਹਾਂ ਬਚਾਈਏ ਕੁਦਰਤ ਨਾਲ ਖਿਲਵਾੜ ਬੰਦ ਕਰੀਏ ਅਸੀਂ ਆਪਦੀਆਂ ਗਲਤੀਆਂ ਮੰਨ ਲਈਏ ਤਾਂ ਸ਼ਾਇਦ ਇਹ ਕੋਰੋਨਾ ਛੁਰਨੇ ਨਹੀਂ ਹੋਣਗੀ ਸੋ ਇਹ ਸਣ ਸਾਡੇ ਨਾਲ ਸੁਖ ਜਗਰਾਉ ਜਿਨ੍ਹਾਂ ਨੇ ਕਿਹਾਗਾ ਕਿ ਕੋਰੋਨਾ ਮਹਾਮਾਰੀ ਨਹੀਂ ਪਰ ਬਿਮਾਰੀ ਹੈਗੀ ਆ ਵਿਚਾਰ ਰੱਖੋ ਤੇ ਨਾਲ ਨਾਲ ਹੀ ਇੱਕ ਅਪੀਲ ਹੋਰ ਕਰੀ ਆ ਕਿ ਜਿਹੜੇ ਅਸੀਂ ਕੁਦਰਤ ਨਾਲ ਖਿਲਵਾੜ ਕਰ ਰਹੇ ਆ ਉਹ ਕਰਨਾ ਬੰਦ ਕਰ ਦਿੱਤਾ ਜਾਵੇ ਖੇਤਾਂ ਦੇ ਵਿੱਚ ਜਿਹੜੀਆਂ ਅੱਗਾਂ ਲੱਗਦਿਆਂ ਨੇ ਉਹਨਾਂ ਨੂੰ ਬੰਦ ਕਰ ਦਿੱਤਾ ਜਾਵੇ ਉਹਦਾ ਕੋਈ ਠੋਸ ਹੱਲ ਕੱਢਿਆ ਜਾਵੇ ਸੋ ਇਸੇ ਤਰ੍ਹਾਂ ਹੋਰ ਵੀ ਜਿਹੜੇ ਇੱਥੇ ਨਮਾਇंदे ਪਹੁੰਚੇ ਹੋਏ ਨੇ ਜਿਹੜੇ ਇੱਥੇ ਕਲਾਕਾਰ ਪਹੁੰਚੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਵਾਉਂਦੇ ਰਵਾਂਗੇ ਜੁੜੇ ਰਹੋ ਸਰਖਾਪ ਟੀਵੀ ਦੇ ਨਾਲ ਮੇਰੇ ਸਹਿਯੋਗੀ ਸਾਥੀ ਹਰਜੋਤ ਦੇ ਨਾਲ ਮੈਂ ਹਰਜਿੰਦਰ ਸਿੰਘ ਢਿੱਲੋਂ ਧੰਨਵਾਦ ਜੀ